हेलो फ्रेंड्स, सत श्री अकाल जी सारिआं नूं। तुहाडा बहुत ही स्वागत है साडे यूट्यूब चैनल जिसका नाम है डेली क्रिएटिव स्किल्स, जिसका मोटो है एम्बरेस योर एम्बिशन, अपने सपनों नूं साकार करो। सो अज आपां फिर तो थोड़े कोल आए हैं जीरो टू हीरो सीरीज आयस की नवी वीडियो लैके। जिमें कि तुसीं थंबनेल तो देखा ही होगा कि ये जिहड़ी वीडियो है रीडिंग दे रिगार्डिंग है, तो बहुत इंपॉर्टेंट होने वाली है ये थोड़े लिए। अज आप गल करन जा रहे हैं आयल्स रीडिंग अकैडमिक बारे। जी हाँ, अकैडमिक दे विच किदां दी रीडिंग आती है, रीडिंग दे विच की क्वेश्चन हुंदे ने, टाइम किदां मैनेज कर सकते हैं, ये सारी चीज़ां आप डिटेल्स डिस्कस करांगे। किदां दी स्ट्रैटेजी रखिए कि पेपर दे विच अच्छा स्कोर आवे, चाहे रीडिंग डिफिकल्ट आवे चाहे रीडिंग ईजी आवे, पर साडा जिहड़ा स्कोर है वह उन्ना ही आवे जिन्ना सानू रिक्वायर्ड है। सो लैट्स बिगेन राइट वे टू स्टार्ट रीडिंग। सब तो पहला आपां नूं ये चीज़ देखनी बहुत जरूरी है कि अपना सही तरीका की है रीडिंग नूं स्टार्ट करन दा। बहुत बार आपां गलत एटीट्यूड नाल गलत तरीके नाल रीडिंग स्टार्ट कर लैंदे आ, जिहदे करके बड़ी दिक्कत आ जाती है। सो फर्स्ट ऑफ ऑल तुसीं की गल दा ध्यान रखना है कि जिवें ही तुहानूं क्वेश्चन बुकलैट मिल जाती है, तुसीं उहदे उत्ते जिवें ही उहदे दे इंस्ट्रक्शनस ने, रीड ऑल इंस्ट्रक्शनस एंड टाइटल ऑफ द पैसेज, ਤੁਸੀਂ ਨੇ ਆਪਣੀ ਬੁਕਲੈਟ ਮਿਲਦੇ ਹੀ, ਤੁਹਾਡਾ ਟਾਈਮ ਸਟਾਰਟ ਹੁੰਦੇ ਹੀ, ਫਸਟ ਪੈਸੇਜ ਦਾ ਜਿਹੜਾ ਟਾਈਟਲ ਦਿੱਤਾ ਹੋਏਗਾ ਉਸਦਾ ਨਾਮ ਪੜ੍ਹਨਾ ਹੈ, ਫਸਟ ਪੈਸੇਜ ਜਿਹੜੀਆਂ ਇੰਸਟਰਕਸ਼ਨਸ ਦਿੱਤੀਆਂ ਹੋਣਗੀਆਂ ਉਹ ਪੜ੍ਹਨੀਆਂ ਨੇ ਕਿ ਕਿੰਨੇ ਨੰਬਰ ਕੁਐਸਚਨਸ ਹੈ ਇਹਦੇ ਵਿੱਚ, ਕਿੰਨੇ ਤੋਂ ਕਿਵੇਂ ਕਰਨਾ ਹੈ ਕਿਵੇਂ ਨਹੀਂ, ਠੀਕ ਹੈ ਰਾਈਟ। ਉਸ ਤੋਂ ਬਾਅਦ ਤੁਸੀਂ ਕਰਨਾ ਗੋ ਥਰੂ ਆਲ ਕੁਐਸਚਨਸ ਫੋਰ 2 ਮਿੰਟਸ। ਜਿੰਨੇ ਉਹਦੇ ਵਿੱਚ ਕੁਐਸਚਨਸ ਨੇ, ਜਿਵੇਂ ਕਿ ਫਸਟ ਮੈਸੇਜ ਹੋਊਗਾ ਉਹ 13 ਕੁਐਸਚਨਸ ਹੋਣਗੇ, ਉਹ ਤੁਸੀਂ 13 ਦੇ 13 ਕੁਐਸਚਨ ਨੂੰ 2 ਮਿੰਟ ਦਾ ਟਾਈਮ ਲਗਾ ਕੇ ਸਾਰੇ ਕੁਐਸਚਨਸ ਪੜ੍ਹਨੇ ਨੇ ਈਜ਼ੀਲੀ। ਇੰਗਲਿਸ਼ ਦੇ ਵਿੱਚ ਉਹ ਕੁਐਸਚਨਸ ਨੇ ਉਹਨੂੰ ਤੁਸੀਂ ਆਪਣੇ ਮਾਇੰਡ ਦੇ ਵਿੱਚ ਆਪਣੀ ਲੈਂਗੁਏਜ ਦੇ ਵਿੱਚ ਟਰਾਂਸਲੇਟ ਕਰ ਲੈਣਾ ਹੈ ਕਿ ਯੈਸ ਇਹਦਾ ਮਤਲਬ ਕੀ ਹੈ, ਇਹ ਮੈਨੂੰ ਕੀ ਪੁੱਛ ਰਿਹਾ ਕੁਐਸਚਨ। ਕਈ ਵਾਰ ਕੁਐਸਚਨ ਜਿਹੜਾ ਹੁੰਦਾ ਫਿਲਪਸ ਦੀ ਫੋਰਮ ਦੇ ਵਿੱਚ ਹੁੰਦਾ, ਜਿਵੇਂ ਕਿ ਉਹਨਾਂ ਨੇ ਲਿਖਿਆ ਹੁੰਦਾ ਹੈ ਕਿ ਦੇਅਰ ਆਰ ਡੈਸ਼ ਪੀਪਲ ਇਨ ਦ ਟਾਊਨ, ਤਾਂ ਕੀ ਪੁੱਛ ਰਹੇ ਨੇ ਉਹ ਕਿ ਉਸ ਟਾਊਨ ਦੇ ਵਿੱਚ ਡੈਸ਼ ਬੰਦੇ ਰਹਿੰਦੇ ਹਨ, ਤਾਂ ਇਹਦਾ ਕੁਐਸਚਨ ਕੀ ਬਣੂਗਾ ਕਿ ਕਿਸੇ ਟਾਊਨ ਦੇ ਵਿੱਚ ਕਿੰਨੇ ਬੰਦੇ ਰਹਿੰਦੇ ਹਨ। ਤਾਂ ਮਤਲਬ ਕੁਐਸਚਨ ਮੈਨੂੰ ਪੁੱਛ ਰਿਹਾ ਕਿੰਨੇ ਬੰਦੇ, ਤਾਂ ਮਤਲਬ ਆਪਾਂ ਆਨਸਰ ਨੂੰ ਕੁਐਸਚਨ ਦੀ ਫੋਰਮ 'ਚ ਕਨਵਰਟ ਕਰਕੇ ਆਨਸਰ ਨੂੰ ਲੱਭਣ ਦੀ ਟਰਾਈ ਕਰਨੀ ਹੁੰਦੀ ਹੈ। ਹਾਈਲਾਈਟ ਕੀਵਰਡਸ ਔਰ ਵਰਡਸ ਯੂ ਮੇ ਫੀਲ ਹੈਲਪ ਟੂ ਫਾਈਂਡ ਆਨਸਰਸ ਈਜ਼ੀਲੀ। ਤੁਸੀਂ ਇੱਦਾਂ ਦੇ ਕੀਵਰਡਸ ਜਾਂ ਵਰਡਸ ਫਾਈਂਡ ਕਰਨੇ ਜਿਹਦੇ ਵਿੱਚੋਂ ਤੁਹਾਨੂੰ ਆਨਸਰਸ ਈਜ਼ੀਲੀ ਫਾਈਂਡ ਹੋਣ। ਜਿਵੇਂ ਕਿ ਆ ਕੁਐਸਚਨ ਦੀ ਉਹ ਗੱਲ ਕਰੀਏ ਜਿਹੜਾ ਹੁਣੇ ਆਪਾਂ ਗੱਲ ਕਰ ਰਹੇ ਸੀ, ਦੇਅਰ ਆਰ ਡੈਸ਼ ਪੀਪਲ ਇਨ ਦ ਟਾਊਨ, ਤਾਂ ਇਹਦੇ ਵਿੱਚ ਮੇਨ ਵਰਡ ਕੀ ਹੈ, ਕੀਵਰਡ ਕੀ ਹੈ, ਪੀਪਲ ਐਂਡ ਟਾਊਨ। ਤਾਂ ਮਤਲਬ ਪੀਪਲ ਅਤੇ ਟਾਊਨ ਵਰਡ ਜਿੱਥੇ ਹੋਊਗਾ ਤੁਹਾਨੂੰ ਆਨਸਰ ਉੱਥੇ ਮਿਲਣ ਦੇ ਹਾਈ ਚਾਂਸ ਨੇ ਔਰ ਈਜ਼ੀਲੀ ਤੁਹਾਨੂੰ ਆਨਸਰ ਮਿਲ ਜੂਗਾ, ਰਾਈਟ। ਯੂਜ਼ ਪੈਨਸਿਲ ਟੂ ਸਰਕਲ ਔਰ ਅੰਡਰਲਾਈਨ ਇਟ। ਤੁਸੀਂ ਨੇ ਜਿਹੜੀ ਆਹ ਕੀਵਰਡ ਹੈ ਪੀਪਲ ਐਂਡ ਟਾਊਨ ਵਾਲਾ, ਇਹਨੂੰ ਜਾਂ ਤਾਂ ਸਰਕਲ ਕਰ ਲੈਣਾ ਜਾਂ ਅੰਡਰਲਾਈਨ ਕਰ ਲੈਣਾ, ਸੋ ਦੈਟ ਇਹ ਤੁਹਾਨੂੰ ਯਾਦ ਰਹੇ ਕਿ ਤੁਹਾਨੂੰ ਕੀ ਆਨਸਰ ਫਾਈਂਡ ਕਰਨ ਨੂੰ ਕਹਿ ਰਿਹਾ, ਕਿੱਦਾਂ ਦਾ ਤੁਸੀਂ ਆਨਸਰ ਫਾਈਂਡ ਕਰਨਾ। ਗੋ ਟੂ ਪੈਸੇਜ ਫਰੋਮ ਬਿਗਨਿੰਗ। ਜਦੋਂ ਤੁਸੀਂ ਨੇ ਕੁਐਸਚਨਸ ਪੜ੍ਹ ਲਏ 13 ਦੇ 13, ਮੰਨ ਲਓ ਜਿੰਨੇ ਵੀ ਤੁਹਾਨੂੰ ਗਿਵਨ ਹੈ, 13, 14 ਜਾਂ 15 ਕੁਐਸਚਨਸ ਪੜ੍ਹਨ ਤੋਂ ਬਾਅਦ ਤੁਸੀਂ ਨੇ ਆਪਣੇ ਪੈਸੇਜ ਕੋਲ ਜਾਣਾ, ਮਤਲਬ ਆਪਣਾ ਪੈਸੇਜ ਜਿੱਥੋਂ ਤੁਹਾਡਾ ਸਟਾਰਟ ਹੋ ਰਿਹਾ ਉੱਥੇ ਜਾਣਾ। ਨੈਵਰ ਫਲਿਪ ਪੇਜਿਸ ਆਫਟਰ ਐਵਰੀ ਲਾਈਨ ਟੂ ਸੀ ਕੁਐਸਚਨ। ਇਹ ਨਾ ਹੋਵੇ ਤੁਸੀਂ ਇੱਕ ਲਾਈਨ ਪੜ੍ਹੋ ਪੈਰੇ ਦੀ, ਫਿਰ ਕੁਐਸਚਨ ਤੇ ਆ ਜਾਓ, ਦੇਖਣ ਵੀ ਇਹ 'ਚੋਂ ਆਨਸਰ ਤਾਂ ਨਹੀਂ, ਫਿਰ ਪੜ੍ਹੋ ਫਿਰ ਆ ਜਾਓ। ਇਹ ਬਿਲਕੁਲ ਚੀਜ਼ ਰੋਂਗ ਆ, ਐਵੇਂ ਨਹੀਂ ਕਰਨਾ ਆਪਾਂ ਨੇ। ਆਪਾਂ ਕੀ ਕਰਨਾ, ਰੀਡ ਪੈਰਾਗ੍ਰਾਫ ਫੁੱਲ ਐਂਡ ਕਮ ਬੈਕ ਟੂ ਕੁਐਸਚਨ, ਮਾਰਕ ਆਨਸਰ ਔਨ ਆਨਸਰ ਸ਼ੀਟ ਡਾਇਰੈਕਟਲੀ। ਆਪਾਂ ਕੀ ਕਰਨਾ, ਪੂਰਾ ਪੈਰਾਗ੍ਰਾਫ ਪੜ੍ਹਨਾ। ਪੈਸੇਜ ਦੀ ਗੱਲ ਨਹੀਂ ਮੈਂ ਕਰ ਰਹੀ ਤੁਹਾਡੇ ਨਾਲ, ਪੈਰਾਗ੍ਰਾਫ ਦੀ ਗੱਲ ਕਰ ਰਹੀ ਹਾਂ। ਪੈਸੇਜ ਹੁੰਦਾ ਜਿਹਦੇ ਵਿੱਚ ਸਬ ਪੈਰਾਗ੍ਰਾਫਸ ਹੁੰਦੇ ਨੇ, ਛੋਟੇ ਪੈਰਾ ਬਣੇ ਹੁੰਦੇ ਨੇ, ਰਾਈਟ। ਇੱਕ ਪੈਰਾ ਪੜ੍ਹਨਾ ਛੋਟਾ, ਚਾਹੇ 2 ਲਾਈਨਾਂ ਦਾ, ਚਾਹੇ 5 ਲਾਈਨਾਂ ਦਾ, ਚਾਹੇ 10 ਲਾਈਨਾਂ ਦਾ, ਪੂਰਾ ਪੈਰਾ ਪੜ੍ਹ ਲਿਆ ਤੁਸੀਂ। ਉਸ ਤੋਂ ਬਾਅਦ ਫਿਰ ਜਿਹੜੇ ਤੁਹਾਡੇ ਕੁਐਸਚਨ ਦੇ ਕੀਵਰਡਸ ਨੇ ਤੁਸੀਂ ਉਹਨਾਂ 'ਤੇ ਵਾਪਿਸ ਆਉਣਾ ਹੈ, ਤੁਹਾਨੂੰ ਆਟੋਮੈਟਿਕ ਉਹ ਚੀਜ਼ ਹਾਈਲਾਈਟ ਹੋਣ ਲੱਗ ਜਾਣੀ ਹੈ ਕਿ ਆਹ ਪੈਰੇ 'ਚ ਮੈਨੇ ਆਹ ਪੜ੍ਹਿਆ ਸੀਗਾ ਅਤੇ ਆਹ ਵਾਲੀ ਚੀਜ਼ ਮੈਨੂੰ ਸਾਹਮਣੇ ਦਿਖ ਰਹੀ ਹੈ, ਇਹਦੇ ਬਾਰੇ ਮੈਂ ਹੁਣੇ ਆਹ ਲਾਈਨ ਪੜ੍ਹੀ ਹੈ, ਅਤੇ ਡਾਇਰੈਕਟਲੀ ਤੁਸੀਂ ਆਪਣਾ ਆਨਸਰ ਮਾਰਕ ਕਰ ਦੇਣਾ ਆਪਣੀ ਆਨਸਰ ਸ਼ੀਟ 'ਤੇ, ਰਾਈਟ। ਲੈਟਸ ਬਿਗਿਨ ਵਿਦ ਰੀਡਿੰਗ ਪੈਸੇਜ 1। ਰੀਡਿੰਗ ਪੈਸੇਜ 1 ਦੀ ਜਦੋਂ ਤੁਸੀਂ ਇੰਸਟਰਕਸ਼ਨਸ ਪੜੋਗੇ ਆਪਣੇ ਪੇਪਰ ਦੇ ਉੱਤੇ, ਤਾਂ ਉੱਥੇ ਲਿਖਿਆ ਹੁੰਦਾ 20 ਮਿੰਟਸ ਆਰ ਗਿਵਨ, ਕਿ ਤੁਹਾਨੂੰ 20 ਮਿੰਟ ਦਿੱਤੇ ਜਾਂਦੇ ਨੇ ਕਿ ਤੁਸੀਂ ਨੇ ਆਪਣਾ ਰੀਡਿੰਗ ਪੈਸੇਜ ਕਰਨਾ, ਰਾਈਟ। ਪਰ ਆਰ ਸਟ੍ਰੈਟਜੀ, ਸਾਡੀ ਸਟ੍ਰੈਟਜੀ ਕੀ ਕਹਿੰਦੀ ਹੈ, ਤੁਸੀਂ ਨੇ ਪਹਿਲਾ ਪੈਸੇਜ ਸਿਰਫ 10 ਮਿੰਟ ਲਈ ਕਰਨਾ। 10 ਮਿੰਟ ਦੇ ਵਿੱਚ ਤੁਹਾਡਾ ਪਹਿਲੇ ਪੈਸੇਜ ਦੇ ਵਿੱਚ ਜਿੰਨੇ ਕੁਐਸਚਨਸ ਹੋਏ, ਮੰਨ ਲਓ ਮੈਨੂੰ 13 ਕੁਐਸਚਨਸ ਆਏ, ਮੇਰੇ ਸਿਰਫ 8 ਸੋਲਵ ਹੋਏ ਨੇ, ਤੁਸੀਂ ਉਹ 8 ਕੁਐਸਚਨ ਹੀ ਕਰਕੇ ਮੂਵ ਔਨ ਹੋ ਜਾਣਾ। ਰੀਜ਼ਨ ਕੀ ਹੈ, ਕਿਉਂਕਿ ਇਹ ਬਹੁਤ ਈਜ਼ੀ ਪੈਰਾਗ੍ਰਾਫ ਹੁੰਦਾ, ਇਹ 'ਚ ਸਿਰਫ 2 ਟਾਈਪਸ ਆਫ ਕੁਐਸਚਨ ਆਉਂਦੇ ਹੈ, ਜ਼ਿਆਦਾਤਰ ਟਰੂ ਫਾਲਸ ਨੋਟ ਗਿਵਨ ਨਾਲ ਫਿਲਪਸ ਦਾ ਕੰਬੀਨੇਸ਼ਨ ਆਉਂਦਾ ਹੈ, ਕਦੇ ਕਦੇ ਮਤਲਬ ਰੇਅਰ ਹੈਡਿੰਗਸ ਆ ਜਾਂਦੇ ਨੇ, ਔਰ ਮੈਕਸੀਮਮ 13 ਕੁਐਸਚਨਸ ਹੀ ਹੁੰਦੇ ਆ ਇਹਦੇ ਵਿੱਚ, ਰਾਈਟ। ਤਾਂ ਇਹ ਪੈਸੇਜ ਸਭ ਤੋਂ ਈਜ਼ੀ ਹੁੰਦਾ, ਬਹੁਤ ਈਜ਼ੀਲੀ ਹੋ ਜਾਂਦਾ, 10 ਮਿੰਟ ਦੇ ਵਿੱਚ ਤੁਹਾਡੇ ਬੜੇ ਆਰਾਮ ਨਾਲ 8 ਕੁਐਸਚਨ ਹੋ ਜਾਂਦੇ ਨੇ,
राइट, 8 क्वेश्चन जब तुसी कर ले, जिहड़े थोड़े 5 क्वेश्चन रह गए और टाइम कंज्यूमिंग क्वेश्चंस हुंदे ने, तुसी उहनां ते वारा टाइम नहीं स्पेंड करना हुंदा क्योंकि टाइम कंज्यूम करन लई पाए हुंदे ने। 10 मिनट्स 8 क्वेश्चन बड़े आराम नाल मिल जांदे ने। तुसी इह चीज़ नूं प्रैक्टिकली करके देख लियो, अगर तुसी ने कदे भी रीडिंग कीती हुई है पहलां तों, मान लो तुसी 1-2 महीने तों एज दी कोचिंग लै रहे हो, तां तुसी इह चीज़ नूं करके देखियो कि 10 मिनट 'च 8 क्वेश्चन हुंदे आ या नहीं, डेफिनेटली होणगे। नेक्स्ट आंदा सेकंड पैसेज, ओहदे लिए भी आपां नूं 20 मिनट ही दित्ते जांदे ने पेपर दे विच, पर साडी स्ट्रैटेजी कहिंदी है कि असीं सेकंड पैसेज ते 15 मिनट ही लगाने हैं सिर्फ। क्यों? क्योंकि उहदे 3 टाइप ऑफ क्वेश्चन दित्ते होणगे, तां 3 टाइप ऑफ क्वेश्चन इहदे विचों कॉम्बीनेशन आ सकदा, जिवें ट्रू फॉल्स दे नाल एमसीक्यू ना हैडिंग आ जाणगे या फिर मैचिंग समरी या फिलअप्स आ जाणगे लाइक दिस। कदे भी हैडिंग ते मैचिंग इकट्ठे नहीं आउणगे, हैडिंग ते मैचिंग कदे भी इक पैसेज नहीं आउंदे, अलग अलग आउंदे ने, राइट। बट हाँ, इत्थे डेफिनेटली 3 टाइप ऑफ क्वेश्चन आना ही आना थोनू, तां 15 मिनट दे विच थोनू जिन्ने क्वेश्चन मिले तुसी उन्ने करने ने। इहदे विच भी 13 तों 15 क्वेश्चन हुंदे ने, मिनिमम 13 क्वेश्चन हर पैसेज च मिलणगे थोनू ते मैक्सिमम 15 क्वेश्चन मिलणगे। ते तुसी ने की करना है इहदे विच, बेसिकली 15 मिनट दे विच जिन्ने भी थोड़े सॉल्व होए तुसी करने ने। इहदे विच भी आई होप थोड़े तो 7 तों 8 क्वेश्चन बड़े आराम नाल सॉल्व हो जांदे ने, बहुत ज्यादा इजी वे नाल, राइट। ਉਹ ਸੋਲਵ ਕਰਕੇ ਤੁਸੀਂ ਨੇ ਮੂਵ ਔਨ ਹੋਣਾ ਹੀ ਹੋਣਾ ਹੈ। ਇਹ ਚੀਜ਼ ਤੁਸੀਂ ਕਰਕੇ ਦੇਖਿਓ, ਆਪਣੇ ਫੋਨ ਦੇ ਵਿੱਚ ਟਾਈਮਰ ਲਗਾਇਓ, ਰੀਡਿੰਗ ਪੈਸੇਜ ਸੈਕਿੰਡ ਆਪਣਾ ਓਪਨ ਕਰਿਓ, ਤੇ ਜਦੋਂ ਤੁਸੀਂ ਉਹਨੂੰ ਕਰੋਗੇ 15 ਮਿੰਟ ਦੇ ਵਿੱਚ ਤੁਸੀਂ ਇਹ ਚੀਜ਼ ਫੀਲ ਕਰੋਗੇ ਕਿ ਤੁਹਾਡੇ 7-8 ਕੁਐਸਚਨ ਹੋ ਚੁੱਕੇ ਨੇ, ਪਰ ਜਿਹੜੇ ਬਾਕੀ ਦੇ ਕੁਐਸਚਨ ਨਹੀਂ ਹੋਏ ਕਿਤੇ ਨਾ ਕਿਤੇ ਉਹ ਕੁਐਸਚਨ ਟ੍ਰਿਕੀ ਹੋਣਗੇ ਜਿਹੜੇ ਨਹੀਂ ਸੋਲਵ ਹੋ ਰਹੇ, ਕਿਉਂਕਿ ਬਹੁਤ ਸਾਰੇ ਕੁਐਸਚਨਸ ਵਿੱਚ ਇਦਾਂ ਦੇ ਹੁੰਦੇ ਨੇ ਜਿਹੜੇ ਟ੍ਰਿਕੀ ਪਾਏ ਜਾਂਦੇ ਨੇ, ਇਸ ਕਰਕੇ ਕਿ ਬੱਚੇ ਦਾ ਟਾਈਮ ਇੱਥੇ ਹੀ ਸਾਰਾ ਕੰਜ਼ਿਊਮ ਹੋ ਜਾਏ ਤੇ ਨੈਕਸਟ ਪੈਰੇ ਤੇ ਪਹੁੰਚ ਹੀ ਨਾ ਪਾਵੇ। ਔਰ ਜ਼ਿਆਦਾਤਰ ਬੱਚਿਆਂ ਨਾਲ ਇਹੀ ਹੁੰਦਾ ਹੈ ਕਿ ਬੱਚੇ ਪਹਿਲੇ 2 ਪੈਸੇਜਸ 'ਚ ਸਟੱਕ ਹੋ ਜਾਂਦੇ ਨੇ ਫਾਈਨਲ ਪੇਪਰ, 3rd ਪੈਸੇਜ ਤੱਕ ਪਹੁੰਚ ਹੀ ਨਹੀਂ ਪਾਉਂਦੇ ਜਿਹੜਾ ਕਿ ਮੋਸਟ ਇੰਪੋਰਟੈਂਟ ਪੈਸੇਜ ਹੁੰਦਾ ਹੈ। ਨੋ ਡਾਊਟ ਇਹ ਪੈਸੇਜ ਥੋੜਾ ਡਿਫਿਕਲਟ ਹੁੰਦਾ ਐਸ ਕੰਪੇਅਰ ਟੂ ਫਰਸਟ 2, ਪਰ ਆਪਾਂ ਫੇਰ ਵੀ ਇਹਨੂੰ ਡਿਫਿਕਲਟ ਨਹੀਂ ਕੰਸੀਡਰ ਕਰਦੇ, ਆਪਾਂ ਇਹਦੇ ਤੇ ਟਾਈਮ ਵੀ ਵੱਧ ਲਾ ਦਾਂਗੇ। ਔਰ ਕੁਐਸਚਨ ਪੇਪਰ ਵਾਲੇ ਕਹਿੰਦੇ ਨੇ ਕਿ 20 ਮਿੰਟ ਲਗਾਉਣੇ ਆ, ਮੈਂ ਵੀ 20 ਮਿੰਟ ਹੀ ਲਗਾਉਣੇ ਨੇ, ਪਰ ਇਹਦੇ ਵਿੱਚ ਵੀ 3 ਟਾਈਪ ਆਫ ਕੁਐਸਚਨ ਦਾ ਕੰਬੀਨੇਸ਼ਨ ਆਏਗਾ ਕੁਐਸਚਨਸ ਇਹਨਾਂ ਦੇ ਵਿੱਚੋਂ, ਰਾਈਟ। ਉਹ ਕੁਐਸਚਨਸ ਨੂੰ ਸੋਲਵ ਕਰਨ ਤੋਂ ਬਾਅਦ ਤੁਸੀਂ ਨੇ ਕੀ ਕਰਨਾ ਹੈ, 20 ਮਿੰਟ ਦੇ ਵਿੱਚ ਮੰਨ ਲਓ ਮੇਰੇ 5 ਕੁਐਸਚਨ ਹੀ ਸੋਲਵ ਹੋਏ, ਬਟ ਇਟਸ ਓਕੇ, ਮੈਂ ਵੱਧ ਨਹੀਂ ਕਰਨੇ ਹੈਗੇ। ਵੈਸੇ 5 ਨਹੀਂ ਹੁੰਦੇ, ਮਿਨੀਮਮ 8 ਇਹ ਚ ਵੀ ਹੋ ਜਾਣਗੇ ਬੜੇ ਆਰਾਮ ਨਾਲ, ਕਿਉਂਕਿ ਟਾਈਮ ਵੀ ਤਾਂ ਵਧਾਇਆ, 10 15 20 ਕੀਤਾ ਮੈਂ, ਤਾਂ 8 ਕੁਐਸਚਨ ਹੋ ਜਾਣਗੇ। ਮੈਂ ਇਹ ਵੀ ਕਿਉਂ ਕੀਤਾ, ਬਿਕਾਜ਼ ਲੈਵਲ ਵਾਈਜ਼ ਚੱਲ ਰਹੀ ਹੈ ਇਹ ਚੀਜ਼। ਪਹਿਲਾ ਪੈਸੇ ਸੀਗਾ ਲੈਵਲ ਈਜ਼ੀ ਹੈ, ਸੈਕਿੰਡ ਦਾ ਥੋੜਾ ਮੋਡਰੇਟ ਹੈ, 3rd ਦਾ ਡਿਫਿਕਲਟ ਹੈ, ਰਾਈਟ। ਤਾਂ ਅਕੋਰਡਿੰਗ ਟੂ ਮੈਨੇ ਪੈਸੇਜ ਡਿਫਿਕਲਟੀ ਲੈਵਲ ਥੋੜਾ ਟਾਈਮ ਬਣਾਤਾ। ਅਗਰ ਤੁਸੀਂ ਸਟ੍ਰੈਟਜੀ ਨਾਲ ਆਪਣੀ ਰੀਡਿੰਗ ਕਰ ਰਹੇ ਹੋ ਤਾਂ ਡੈਫੀਨੇਟਲੀ ਤੁਹਾਨੂੰ ਰਿਜ਼ਲਟ ਮਿਲੂਗਾ ਹੀ ਮਿਲੂਗਾ। ਤੁਸੀਂ ਇਹਨੂੰ ਸਟ੍ਰੈਟਜੀ ਅਗੇਨ ਮੈਂ ਤੁਹਾਨੂੰ ਦੱਸ ਰਹੀ ਹਾਂ, 10 ਮਿੰਟ ਫਰਸਟ ਪੈਸੇਜ, 15 ਮਿੰਟ ਸੈਕਿੰਡ ਪੈਸੇਜ, 20 ਮਿੰਟ 3rd ਪੈਸੇਜ ਐਂਡ 45 ਮਿੰਟ ਟੋਟਲ ਦੇ ਵਿੱਚ ਤੁਹਾਡੇ ਕੋਲ ਡੈਫੀਨੇਟਲੀ ਮੇਰੇ ਅਕੋਰਡਿੰਗ ਅਪਰੋਕਸ 25 ਤੋਂ 30, 25 ਤੋਂ 30 ਕੁਐਸਚਨਸ ਹੋ ਜਾਣਗੇ ਟੋਟਲ। ਜਿਵੇਂ 40 ਕੁਐਸਚਨ ਹੁੰਦੇ ਆ ਆਪਣੇ ਕੋਲ, ਤੇ ਅਪਰੋਕਸ 30 ਕੁਐਸਚਨ ਤੁਹਾਡੇ ਬੜੇ ਆਰਾਮ ਨਾਲ ਬਹੁਤ ਈਜ਼ੀਲੀ ਹੋ ਜਾਣਗੇ, ਰਾਈਟ। ਹੁਣ ਤੁਹਾਡੇ ਕੋਲ 15 ਮਿੰਟ ਦਾ ਟਾਈਮ ਬਚ ਗਿਆ, ਜਿਹੜਾ 15 ਮਿੰਟ ਦਾ ਟਾਈਮ ਬਚ ਗਿਆ ਇਹਦੇ ਵਿੱਚ ਜਿਹੜੇ ਤੁਹਾਡੇ ਕੁਐਸਚਨ ਰਹਿ ਗਏ, ਜਿੰਨੇ ਵੀ ਪੈਂਡਿੰਗ ਨੇ, ਉਹ ਤੁਸੀਂ ਸਾਰੇ ਹੁਣ ਸੋਲਵ ਕਰਨੇ ਨੇ। ਜਦੋਂ ਹੁਣ ਤੁਸੀਂ ਕੁਐਸਚਨ ਨੂੰ ਸੋਲਵ ਕਰੋਗੇ ਨਾ, ਆਪਾਂ ਸਾਰਾ ਪੈਸੇਜ ਪੜ੍ਹ ਕੇ ਆ ਚੁੱਕੇ ਹਾਂ, ਪੂਰਾ ਪੈਰਾਗ੍ਰਾਫ ਪੜਿਆ ਹੋਇਆ ਹੈ, ਕੀਵਰਡਸ ਤੁਹਾਨੂੰ ਦਿਖ ਰਹੇ ਨੇ, ਹੁਣ ਤੁਹਾਨੂੰ ਆਨਸਰ ਸਾਹਮਣੇ ਦਿਖਣੇ ਸ਼ੁਰੂ ਹੋ ਜਾਣੇ ਨੇ ਜਿੱਥੇ ਵੀ ਤੁਹਾਡੇ ਆਨਸਰਸ ਨੇ। ਬਿਕਾਜ਼ ਹੁਣ ਤੁਹਾਨੂੰ ਪ੍ਰੈਸ਼ਰ ਨਹੀਂ ਹੈਗਾ, ਬਿਕਾਜ਼ ਤੁਸੀਂ ਆਲਰੇਡੀ ਆਪਣਾ ਮੋਰ ਦੈਨ ਹਾਫ ਪੇਪਰ ਅਟੈਂਪਟ ਕਰ ਚੁੱਕੇ ਹੋ, ਜਿਹਦੇ ਨਾਲ ਤੁਸੀਂ ਥੋੜਾ ਰਿਲੈਕਸ ਵੀ ਫੀਲ ਕਰੋਗੇ, ਕਿਉਂਕਿ ਜਿਹੜਾ ਤੁਸੀਂ ਪੇਪਰ ਅਟੈਂਪਟ ਕਰ ਚੁੱਕੇ ਹੋ ਉਹ 'ਚ ਐਕੂਰੇਸੀ ਹੋਣ ਦੇ ਹਾਈ ਚਾਂਸਿਸ ਨੇ, ਬਿਕਾਜ਼ ਉਹ ਤੁਹਾਨੂੰ ਈਜ਼ੀਲੀ ਮਿਲ ਚੁੱਕੇ ਹੋ ਸਾਰੇ ਆਨਸਰ, ਤੁਹਾਡੇ 25 ਤੋਂ 30 ਕੁਐਸਚਨਸ ਤੁਹਾਨੂੰ ਮਿਲ ਚੁੱਕੇ ਨੇ, ਔਰ ਉਹਦੇ ਵਿੱਚ ਤੁਹਾਡੇ ਆਨਸਰਸ ਕਰੈਕਟ ਹੋਣ ਦੇ 80-90% ਚਾਂਸ ਹੈ। ਤਾਂ ਮੈਨੂੰ ਲੱਗਦਾ ਕਿ ਇਹ ਸਟ੍ਰੈਟਜੀ ਅਗਰ ਤੁਸੀਂ ਫੋਲੋ ਕਰ ਰਹੇ ਹੋ, ਚਾਹੇ ਤੁਸੀਂ ਘਰੇ ਬੈਠ ਕੇ ਆਇਲਸ ਕਰ ਰਹੇ ਹੋ, ਚਾਹੇ ਤੁਸੀਂ ਇੰਸਟੀਟਿਊਟ ਤੋਂ ਕੋਚਿੰਗ ਲੈ ਰਹੇ ਹੋ, ਤੁਸੀਂ ਇਹ ਚੀਜ਼ ਨੂੰ ਫੋਲੋ ਕਰੋ, ਬਹੁਤ ਬਹੁਤ ਬੈਨੀਫਿਟ ਮਿਲਣ ਵਾਲਾ ਹੈ। ਬਿਕੋਜ਼ ਇਹ ਰੀਅਲੀ ਬੈਸਟ ਵੇ ਹੈ ਰੀਡਿੰਗ ਕਰਨ ਦਾ। ਇਹ ਟ੍ਰਿਕ ਜੇ ਤੁਸੀਂ ਅਪਣਾਓਗੇ ਤਾਂ ਤੁਹਾਨੂੰ ਰਿਜ਼ਲਟ ਦੇਖਣ ਨੂੰ ਮਿਲੂਗਾ। ਇਹਦੇ ਵਿੱਚ ਤੁਹਾਨੂੰ ਰਿਜ਼ਲਟ 3 ਤੋਂ 5 ਰੀਡਿੰਗਸ ਦੇ ਵਿੱਚ ਦੇਖਣ ਨੂੰ ਮਿਲੂਗਾ। ਤੁਸੀਂ 3 ਮਿਨੀਮਮ ਤੇ 5, ਮਤਲਬ 3 ਤੋਂ ਲੈ ਕੇ 5 ਰੀਡਿੰਗਸ ਨੂੰ ਸੋਲਵ ਕਰੋ ਇਸ ਸਟ੍ਰੈਟੇਜੀ ਦੇ ਨਾਲ, ਤੁਸੀਂ ਇਹ ਚੀਜ਼ ਖੁਦ ਫੀਲ ਕਰੋਗੇ ਕਿ ਤੁਹਾਡਾ ਸਕੋਰ ਕਿੰਨਾ ਜ਼ਿਆਦਾ ਬੂਸਟ ਹੋ ਚੁੱਕਿਆ ਹੈ। ਇਹ ਪ੍ਰੈਕਟੀਕਲੀ ਚੀਜ਼ ਇੰਪਲੀਮੈਂਟ ਕੀਤੀ ਗਈ ਹੈ, ਉਸ ਤੋਂ ਬਾਅਦ ਇਹ ਚੀਜ਼ ਦੇਖੀ ਗਈ ਹੈ, ਇਹ ਰੀਅਲੀ ਹੈਲਪਫੁਲ ਹੈ। ਸੋ ਟਿਪਸ ਕੀ ਨੇ, ਕੀ ਫੋਲੋ ਕਰਨਾ ਆਪਾਂ ਨੇ, ਕੀ ਚੀਜ਼ ਆਪਾਂ ਨੇ ਧਿਆਨ ਰੱਖਣੀ ਹੈ ਰੀਡਿੰਗ ਦੇ ਵਿੱਚ, ਆਪਾਂ ਨੇ ਸਾਰੇ ਕੁਐਸਚਨਸ ਪੜ੍ਹਨੇ ਆ, ਸਾਰੇ ਇੰਸਟਰਕਸ਼ਨਸ ਪੜ੍ਹਨੀਆਂ ਨੇ, ਪੈਸੇਜ ਦੇ ਵਿੱਚ ਕਾਹਲੀ ਨਹੀਂ ਕਰਨੀ ਹੈਗੀ, ਕੋਈ ਵਰਡ ਨਹੀਂ ਸਕਿੱਪ ਕਰਨਾ ਹੈ,
ਰਾਈਟ ਕੀਵਰਡਸ ਨੂੰ ਪ੍ਰੋਪਰਲੀ ਹਾਈਲਾਈਟ ਕਰਨਾ ਹੈ, ਪਰ ਕਿਤੇ ਐ ਨਾ ਹੋਵੇ ਇਕੱਲੇ ਕੀਵਰਡ ਉਦਾਂ ਦੇ ਹਾਈਲਾਈਟ ਕਰ ਦਈਏ ਆਪਾਂ ਜਿਹੜੇ ਇੰਪੋਰਟੈਂਟ ਵੀ ਨਾ ਹੋਣ। ਇਹ ਤੁਸੀਂ ਕੁਐਸਚਨ ਮੈਂ ਤੁਹਾਨੂੰ ਕੀਵਰਡ ਕਿੱਦਾਂ ਹਾਈਲਾਈਟ ਕਰਨੇ ਹੈ ਇਹਦੇ ਲਈ ਇੱਕ ਸੈਪਰੇਟ ਵੀਡੀਓ ਲੈ ਕੇ ਆਉਂਗੀ। ਉਹਦੇ ਵਿੱਚ ਮੈਂ ਤੁਹਾਨੂੰ ਜਸਟ ਇਹੀ ਦੱਸੂੰਗੀ ਕਿ ਤੁਸੀਂ ਨੇ 2 ਮਿੰਟ ਨੂੰ ਕਿਵੇਂ ਮੈਨੇਜ ਕਰਨਾ। ਮੈਂ ਤੁਹਾਨੂੰ ਪਹਿਲਾਂ ਕਿਹਾ ਜਿਵੇਂ ਕਿ 2 ਮਿੰਟ ਦੇ ਵਿੱਚ ਤੁਸੀਂ ਇਹ ਮੈਨੇਜ ਕਰਨਾ ਹੈ ਕਿ ਤੁਹਾਡੇ ਜਿਹੜੇ ਕੁਐਸਚਨਸ ਨੇ ਵਿਦ ਕੀਵਰਡਸ ਹਾਈਲਾਈਟ ਦੇ ਉਹ ਤੁਸੀਂ ਕਰ ਪਾਓ। ਉਹਦੇ ਲਈ ਇੱਕ ਸੈਪਰੇਟ ਵੀਡੀਓ ਲੈ ਕੇ ਆਵਾਂਗੇ, ਟਾਈਮਰ ਲਗਾਵਾਂਗੇ ਪ੍ਰੋਪਰ 2 ਮਿੰਟ, ਤੁਸੀਂ ਦੇਖਿਓ ਕਿ ਕਿਵੇਂ ਉਹਨੂੰ ਸੋਲਵ ਕਰ ਰਹੇ ਹਾਂ ਆਪਾਂ। ਰਾਈਟ, ਡੂ ਸਕਿਮ ਐਂਡ ਸਕੈਨ ਆਫ ਡਾਟਾ। ਸਕਿਮਿੰਗ ਐਂਡ ਸਕੈਨਿੰਗ ਬਹੁਤ ਜ਼ਰੂਰੀ ਹੈ। ਸਕਿਮਿੰਗ ਐਂਡ ਸਕੈਨਿੰਗ ਕਿਆ ਚੀਜ਼ ਹੈ? ਸਕਿਮ ਹੁੰਦਾ ਹੈ ਫਾਸਟ ਪੜ੍ਹਨਾ, ਰਾਈਟ, ਸਕਿਮ ਹੁੰਦਾ ਹੈ ਫਾਸਟ ਪੜ੍ਹਨਾ, ਸਕੈਨ ਹੁੰਦਾ ਹੈ ਕਿ ਜਿਹੜਾ ਵਰਡ ਚਾਹੀਦਾ ਉਹੀ ਲੱਭਣਾ। ਤਾਂ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਪੂਰੇ ਪੈਸੇਜ ਤੋਂ ਹੀ ਸਟਾਰਟ ਕਰਨਾ, ਫਸਟ ਤੋਂ ਹੀ ਪੈਸੇਜ ਵਾਈਜ਼ ਪੈਸੇਜ ਚੱਲਦੇ ਜਾਣਾ ਹੈ, ਤੇ ਕੁਇਕ ਰੀਡਿੰਗ ਕਰਦੇ ਹੋਏ ਆਪਣਾ ਜਿਹੜਾ ਮੇਨ ਤੁਹਾਨੂੰ ਲੱਗਦਾ ਕਿ ਮੇਨ ਮੇਨ ਗੱਲਾਂ ਨੇ, ਮੇਨ ਮੇਨ ਵਰਡਸ ਨੇ, ਉਹਨਾਂ ਨੂੰ ਆਪਣੇ ਐਜ਼ਿਊਮ ਆਪਾਂ ਨੇ ਪ੍ਰਿਜ਼ਰਵ ਕਰਦੇ ਹੋਏ ਜਾਣਾ। ਬਟ ਸਕਿਮਿੰਗ ਐਂਡ ਸਕੈਨਿੰਗ ਦਾ ਰਾਈਟ ਵੇ ਕੀ ਹੈ ਇਹਦੇ ਲਈ ਇੱਕ ਸੈਪਰੇਟ ਵੀਡੀਓ ਵੀ ਤੁਹਾਡੇ ਲਈ ਲੈ ਕੇ ਆਵਾਂਗੇ, ਜਿਹਦੇ ਵਿੱਚ ਜਸਟ ਤੁਹਾਨੂੰ ਸਕਿਮਿੰਗ ਸਕੈਨਿੰਗ ਦੀ ਪ੍ਰੈਕਟਿਸ ਵੀ ਕਰਾਵਾਂਗੇ। ਪ੍ਰੈਕਟੀਕਲੀ ਪਹਿਲਾਂ ਤੁਹਾਨੂੰ ਕਰਕੇ ਦਿਖਾਵਾਂਗੇ, ਫਿਰ ਤੁਹਾਨੂੰ ਉਹਦੇ ਵਿੱਚ ਇੱਕ ਟੈਸਟ ਪਾਵਾਂਗੇ, ਫਿਰ ਤੁਸੀਂ ਉਹ ਟੈਸਟ ਕਰੀਓ, ਉਸ ਤੋਂ ਬਾਅਦ ਫਿਰ ਤੁਹਾਨੂੰ ਉਹਨੂੰ ਸੋਲਵ ਕਰਕੇ ਅਗੇਨ ਦਿਖਾਵਾਂਗੇ। ਮਤਲਬ ਪ੍ਰੋਪਰ ਤੁਹਾਨੂੰ ਸਕਿਮਿੰਗ ਐਂਡ ਸਕੈਨਿੰਗ ਨੂੰ ਗਾਈਡ ਕੀਤਾ ਜਾਊਗਾ, ਬਿਕਾਜ਼ ਇਹ ਬਹੁਤ ਇੰਪੋਰਟੈਂਟ ਪਾਰਟ ਹੈ ਪੂਰੀ ਰੀਡਿੰਗ ਦੇ ਵਿੱਚ। ਇਹ ਰੀਅਲੀ ਬਹੁਤ ਜ਼ਿਆਦਾ ਹੈਲਪਫੁਲ ਹੈ ਤੁਹਾਡਾ ਸਕੋਰ ਬੂਸਟ ਕਰਨ ਲਈ। ਰਾਈਟ, ਸੋ ਅੰਡਰਸਟੈਂਡ ਲੋਕੇਸ਼ਨ ਐਂਡ ਮੈਚ ਵਿਦ ਕੁਐਸਚਨ ਕੇਅਰਫੁਲੀ। ਨੈਕਸਟ ਗੱਲ ਇਹ ਕਹਿ ਰਹੀ ਹੈ ਕਿ ਜਿੱਥੇ ਵੀ ਤੁਹਾਨੂੰ ਆਂਸਰ ਮਿਲ ਜਾਂਦਾ, ਜਿਹੜੀ ਲੋਕੇਸ਼ਨ ਮੰਨ ਲਓ ਮੈਨੂੰ ਮਿਲ ਗਈ, ਪਰ ਜਿਹੜਾ ਉਹਦਾ ਆਂਸਰ ਹੈ ਉਹ ਮੈਂ ਜਦੋਂ ਹੀ ਮਾਰਕ ਕਰਦੀ ਹਾਂ ਉਹ ਗਲਤ ਹੋ ਜਾਂਦਾ। ਦੈਟਸ ਮੀਨ ਤੁਸੀਂ ਲੋਕੇਸ਼ਨ ਨੂੰ ਤੇ ਆਪਣੇ ਕੁਐਸਚਨ ਨੂੰ ਐਗਜੈਕਟਲੀ ਮੈਚ ਨਹੀਂ ਕਰ ਪਾਏ ਕਿ ਕੁਐਸਚਨ ਕੀ ਡਿਮਾਂਡ ਕਰਦਾ ਹੈ ਤੇ ਮੇਰੀ ਲੋਕੇਸ਼ਨ ਉਸ ਚੀਜ਼ ਦੇ ਬਾਰੇ ਕਿਆ ਗੱਲ ਕਰ ਰਹੀ ਹੈ। ਇਹਨਾਂ ਦੋਨਾਂ ਦਾ ਕਰੈਕਟ ਮੈਚ ਹੋਣਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਅਗਰ ਤੁਸੀਂ ਕਰੈਕਟ ਮੈਚ ਨਹੀਂ ਕਰ ਪਾਉਂਦੇ ਤਾਂ ਆਪਣਾ ਕੋਈ ਬੈਨੀਫਿਟ ਨਹੀਂ ਹੋਣਾ ਲੋਕੇਸ਼ਨ ਲੱਭੇ ਦਾ ਵੀ। ਸੋ ਇਹ ਚੀਜ਼ ਵੀ ਬਹੁਤ ਜ਼ਿਆਦਾ ਆਪਾਂ ਕੇਅਰਫੁਲੀ ਕਰਨੀ ਹੈ। ਇਹਦੇ ਲਈ ਵੀ ਮੈਨੂੰ ਲੱਗਦਾ ਸੈਪਰੇਟ ਵੀਡੀਓ ਹੀ ਬਣਾਉਣੀ ਪਏਗੀ, ਬਿਕਾਜ਼ ਇਹ ਚੀਜ਼ ਨੂੰ ਕਾਫੀ ਡਿਟੇਲ ਸਮਝਾਉਣਾ ਪਏਗਾ। ਰਾਈਟ, ਸੋ ਲਾਸਟ ਵਨ ਇਜ਼ ਰਾਈਟ ਆਂਸਰ ਔਨ ਆਂਸਰ ਸ਼ੀਟ ਡਾਇਰੈਕਟਲੀ। ਤੁਸੀਂ ਬਿਲਕੁਲ ਵੀ ਮਿਸਟੇਕ ਨਹੀਂ ਕਰਨੀ। ਆਪਾਂ ਲੋਕ ਕੀ ਕਰਦੇ ਹਾਂ, ਕਈ ਵਾਰੀ ਆਪਾਂ ਸੋਚਦੇ ਹਾਂ ਪਹਿਲਾਂ ਮੈਂ ਬੁੱਕਲੈਟ ਤੇ ਆਂਸਰ ਲਿਖ ਲੈਣੀ ਹੈ, ਬਾਅਦ ਦੇ ਵਿੱਚ ਮੈਂ ਟਾਈਮ ਕੱਢ ਕੇ ਆਂਸਰ ਸ਼ੀਟ ਤੇ ਲਿਖ ਲਓ। ਇੱਕ ਟਾਈਮ ਨਾ ਕਦੇ ਆਉਣਾ ਹੈ ਨਾ ਕਦੇ ਆ ਸਕਦਾ ਹੈ। ਸੋ ਨਾਲ ਦੀ ਨਾਲ ਹੀ ਆਂਸਰ ਸ਼ੀਟ ਤੇ ਆਪਣੇ ਆਂਸਰ ਲਿਖਣੇ ਆ, ਤੁਸੀਂ ਡਾਇਰੈਕਟਲੀ ਕੈਪੀਟਲ ਲੈਟਰਸ ਯੂਜ਼ ਕਰਨੇ ਆ, ਹੈਂਡ ਰਾਈਟਿੰਗ ਨੀਟ ਐਂਡ ਕਲੀਨ ਹੋਣੀ ਚਾਹੀਦੀ ਹੈ, ਨੋ ਓਵਰ ਰਾਈਟਿੰਗ, ਨੋ ਕਟਿੰਗ, ਓਨਲੀ ਪ੍ਰੋਪਰ ਵਰਡ ਆਂਸਰ ਲਿਖਣਾ ਹੈ ਜਿੰਨੇ ਵਰਡਸ ਦੀ ਡਿਮਾਂਡ ਹੈ, 1 ਵਰਡ 2 ਵਰਡ ਜਿਵੇਂ ਵੀ ਕੁਐਸਚਨ ਦੀ ਇੰਸਟਰਕਸ਼ਨਸ ਨੇ ਉਹਦੇ ਅਕੋਰਡਿੰਗ ਤੁਸੀਂ ਆਂਸਰ ਕਰਨਾ ਹੈ, ਤੇ ਇਹੀ ਬੈਸਟ ਵੇ ਹੈ ਰੀਡਿੰਗ ਕਰਨ ਦਾ। ਸੋ ਸਟੇ ਟਿਊਨ ਫੋਰ ਮੋਰ ਵੀਡੀਓਜ਼ ਔਨ ਆਰ ਚੈਨਲ। ਹੋਰ ਬਹੁਤ ਸਾਰੀ ਵੀਡੀਓਜ਼ ਲੈ ਕੇ ਆਵਾਂਗੇ ਅਸੀਂ ਤੁਹਾਡੇ ਵਾਸਤੇ। ਜੇ ਤੁਸੀਂ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਪਲੀਜ਼ ਸਬਸਕ੍ਰਾਈਬ ਕਰ ਲਓ, ਲਾਈਕ ਕਰੋ, ਸ਼ੇਅਰ ਕਰੋ। ਇਹ ਐਜੂਕੇਸ਼ਨਲ ਵੀਡੀਓਜ਼ ਉਹਨਾਂ ਤੱਕ ਪਹੁੰਚਾਓ ਜਿਨ੍ਹਾਂ ਨੂੰ ਇਸ ਵੀਡੀਓਜ਼ ਦੀ ਲੋੜ ਹੈ, ਜਿਹੜੇ ਘਰੇ ਬੈਠ ਕੇ ਆਇਲਸ ਕਰਨਾ ਚਾਹੁੰਦੇ ਨੇ, ਜਾਂ ਫਿਰ ਆਇਲਸ ਉਹਨਾਂ ਨੂੰ ਬਹੁਤ ਡਿਫਿਕਲਟ ਲੱਗਦੀ ਹੈ, ਜਾਂ ਫਿਰ ਰੀਡਿੰਗ ਉਹਨਾਂ ਨੂੰ ਇੱਦਾਂ ਲੱਗਦੀ ਹੈ ਕਿ ਬਹੁਤ ਔਖਾ ਮੋਡਿਊਲ ਹੈ, ਟਾਈਮ ਨਹੀਂ ਮੈਨੇਜ ਹੁੰਦਾ, ਰੀਡਿੰਗ ਕਰਕੇ ਪੇਪਰ ਬਹੁਤ ਵਾਰ ਦੇਣਾ ਪੈ ਗਿਆ, 2-3-5 ਵਾਰ ਅਪੀਅਰ ਹੋ ਗਏ ਪੇਪਰ 'ਚ, ਸਟਿਲ ਰੀਡਿੰਗ ਸਾਨੂੰ ਸਕੋਰ ਨਹੀਂ ਦੇ ਰਹੀ, ਬਿਕੋਜ਼ ਅਸੀਂ 3rd ਪੈਸੇਜ ਤੱਕ ਪਹੁੰਚਦੇ ਨਹੀਂ ਪੇਪਰ 'ਚ, ਟਾਈਮ ਨਹੀਂ ਮਿਲਦਾ ਸਾਨੂੰ, ਟਾਈਮ ਨਹੀਂ ਮੈਨੇਜ ਹੁੰਦਾ, ਅਸੀਂ ਡਰ ਜਾਂਦੇ ਹਾਂ ਪੇਪਰ 'ਚ, ਕੁਐਸਚਨ ਨਹੀਂ ਅਟੈਂਪਟ ਕਰਦੇ ਪ੍ਰੋਪਰ। ਤਾਂ ਇਹ ਵੀਡੀਓ ਉਹਨਾਂ ਸਭ ਬੱਚਿਆਂ ਵਾਸਤੇ ਬਹੁਤ ਬਹੁਤ ਹੈਲਪਫੁਲ ਹੈ। ਇਹ ਚੀਜ਼ ਨੂੰ ਤੁਸੀਂ ਇੰਪਲੀਮੈਂਟ ਕਰੋਗੇ ਤੁਹਾਨੂੰ ਸੀਰੀਅਸਲੀ ਬਹੁਤ ਬੈਨੀਫਿਟ ਮਿਲੂਗਾ। ਜਿਵੇਂ ਮੈਂ ਤੁਹਾਨੂੰ ਕਿਹਾ, ਤੁਹਾਨੂੰ ਅਗਲੀ ਵੀਡੀਓਜ਼ ਵੀ ਲੈ ਕੇ ਆਵਾਂਗੇ ਆਪਾਂ, ਸਕਿਮਿੰਗ ਸਕੈਨਿੰਗ ਵੀ ਸਿਖਾਉਣੀ ਹੈ ਤੁਹਾਨੂੰ, ਕੁਐਸਚਨ ਨੂੰ ਆਨਸਰ ਲਾਈਕ ਕੁਐਸਚਨ ਤੇ ਲੋਕੇਸ਼ਨ ਨੂੰ ਕਿੱਦਾਂ ਮੈਚ ਕਰਨਾ ਉਹ ਵੀ ਤੁਹਾਨੂੰ ਪ੍ਰੋਪਰਲੀ ਸਿਖਾਵਾਂਗੇ, ਕੀਵਰਡਸ ਕਿੱਦਾਂ ਹਾਈਲਾਈਟ ਕਰਨੇ ਆ, ਇਹ ਸਾਰੀ ਚੀਜ਼ਾਂ ਤੁਹਾਨੂੰ ਸੈਪਰੇਟ ਵੀਡੀਓਜ਼ ਦੇ ਵਿੱਚ ਆਪਾਂ ਡਿਟੇਲ 'ਚ ਦੱਸਾਂਗੇ। ਸੋ ਥੈਂਕ ਯੂ ਫੋਰ ਵਾਚਿੰਗ ਆਰ ਵੀਡੀਓ, ਕਾਇੰਡ ਸਾਡਾ ਚੈਨਲ ਸਬਸਕ੍ਰਾਈਬ ਕਰੋ, ਧੰਨਵਾਦ।